ਵੈਲਕਮ ਟੂ ਜਗਮਨੀ ਟੀਵੀ ਮੈਂ ਆ ਤੁਹਾਡੇ ਨਾਲ ਸੰਦੇਸ਼ ਸ਼ੋਲਕ ਸ਼ਰਮਾ ਦੇਖੋ ਜੇ ਤੁਸੀਂ ਡੇਲੀ ਸੋਪ ਲਵਰ ਹੈਗੇ ਹੋ ਨਾ ਤਾਂ ਇਹ ਤੁਹਾਡੇ ਲਈ ਗੁੱਡ ਨਿਊਜ਼ ਹੈ ਕੀ ਹੈ ਕਿਉਂਕਿ ਪੰਜਾਬੀ ਦਾ ਇੱਕ ਇਹਨਾਂ ਸੋਨਾ ਜਿਹਾ ਡੇਲੀ ਸੋਪ ਆਉਣ ਵਾਲਾ ਹੈ ਨਾ ਜਿਸ ਦਾ ਕਨਸੈਪਟ ਕਾਫੀ ਡਿਫਰੈਂਟ ਹੈ ਸੋਨਾ ਹੈ ਤੇ ਸੋਹਣੇ ਸੋਹਣੇ ਚਿਹਰੇ ਹੈਗੇ ਇਸ ਬਾਰੇ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗੀ ਮੈਂ ਨਹੀਂ ਦੱਸੂੰਗੀ ਉਸ ਦੀ ਜਿਹੜੀ ਲੀਡ ਸਟਾਰ ਕਾਸਟ ਹੈ ਉਹੀ ਸਾਡੇ ਨਾਲ ਮੌਜੂਦ ਹੈ ਤਾਂ ਉਹ ਹੱਸਦੇ ਖੇਡਦੇ ਸੋਹਣੇ ਜਿਹੇ ਚਿਹਰੇ ਹੈਗੇ ਨੇ ਉਹਨਾਂ ਤੋਂ ਹੀ ਜਾਣਾਂਗੇ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜਸਮੀਤ ਕੌਰ ਤੇ ਰਮਨਦੀਪ ਸਿੰਘ ਵੈਲਕਮ ਟੂ ਜਗਬਾਨੀ ਟੀਵੀ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਨੇ ਤੁਹਾਡੇ ਦੋਨਾਂ ਦੇ ਬਦਿਆ ਸਭ ਬਦਿਆ ਬਹੁਤ ਗੁੱਡ ਟ੍ਰੇਲਰ ਦੇਖਿਆ ਬੜਾ ਸੋਹਣਾ ਹੈਗਾ ਬੜਾ ਵਧੀਆ ਲੱਗਿਆ ਦੇਖ ਕੇ ਦੋਹਾਂ ਨੂੰ ਹੀ ਮਤਲਬ ਸਹਿਜ ਦੇ ਰੂਪ ਦੇ ਵਿੱਚ ਮਤਲਬ ਜਸਮੀਤ ਬਹੁਤ ਜਾਚਰੀ ਹੈਗੀ ਹੈ ਤੇ ਰਮਨ ਦਾ ਟ੍ਰੇਲਰ ਵਿੱਚ ਥੋੜਾ ਹੈਗਾ ਖੈਰ ਇਸ ਬਾਰੇ ਗੱਲ ਕਰਾਂਗੇ ਆਪਾਂ ਪਰ ਬਾਅਦ ਚ ਪਰ ਪਹਿਲਾਂ ਇਹ ਦੇਖਣਾ ਹੈ ਕਿ ਇਹ ਹੈ ਕਿ ਜਿਨ੍ਹਾਂ ਕੋ ਸਾਨੂੰ ਸਮਝ ਆਇਆ ਹੈਗਾ ਕਿ ਇਹ ਇੱਕ ਅੰਡ ਕਵਰ ਏਜੰਟ ਦਾ ਹੈਗਾ ਨਾ ਤੇ ਕੀ ਹੈ ਕਿ ਐਕਚੁਅਲੀ ਇਹਦੇ ਵਿੱਚ ਮੇਰੇ ਦੋ ਕੈਰੈਕਟਰ ਮੈਂ ਪਲੇ ਕਰ ਰਹੀ ਹਾਂ ਜਿਹਦੇ ਚ ਇੱਕ ਕੁੜੀ ਘਰ ਵੀ ਸੰਭਦੀ ਹੈ ਤੇ ਬਾਹਰ ਜਿਹੜਿਆ ਗੁੰਨਿਆਂ ਨੂੰ ਵੀ ਸੰਭਦੀ ਹੈ ਸੋ ਇਹਨੂੰ ਮਤਲਬ ਦੋ ਸ਼ੇਡਸ ਦੇਖਣ ਨੂੰ ਮਿਲਣ ਗਿਆ ਮੇਰੇ ਕੈਰੈਕਟਰ ਦੀਆਂ ਸੋ ਸਹਿਜ ਬਣੀ ਹੈ ਜਸਮੀਤ ਉਹ ਆਪਾਂ ਨੂੰ ਦਿਖ ਰਿਹਾ ਹੈਗਾ ਤੇ ਰਮਨ ਦਾ ਕਿਸ ਤਰ੍ਹਾਂ ਦਾ ਰੋਲ ਹੈ ਮੇਰਾ ਰੋਲ ਕਹਿ ਸਕਦੇ ਆ ਕਿ ਇਹਦੀ ਟਾਲ ਕਿ ਅਗਰ ਸਹਿਜ ਜੇ ਤਾਂ ਉਦੋਂ ਇਹਨੂੰ ਜਿੱਥੇ ਫੈਮਿਲੀ ਸਪੋਰਟ ਚਾਹੀਦੀ ਹੈ ਤਾਂ ਉੱਥੇ ਮੈਂ ਨਾਲ ਇਹਦੇ ਖੜਾ ਹਾਂ ਤੇ ਜਦੋਂ ਬਾਹਰ ਆ ਤੇ ਇਸਮਾਈ ਆਫੀਸਰ ਤੇ ਇਹਦੀ ਇੱਕ ਤਰ੍ਹਾਂ ਦਾ ਟਾਲ ਬਣ ਕੇ ਮੈਂ ਖੜਾ ਆ ਕਿ ਜਿਹੜਾ ਵੀ ਇੱਧਰ ਪਹੁੰਚੇਗਾ ਪਹਿਲਾਂ ਮੇਰੇ ਤੱਕ ਆਏਗਾ ਫਿਰ ਇੱਧਰ ਪਹੁੰਚੇਗਾ ਇੱਕ ਨਾ ਇੱਕ ਕਾਮਨ ਜੀ ਗੱਲ ਹੁੰਦੀ ਹੈ ਨਾ ਸੀਰੀਅਲਸ ਦੇ ਵਿੱਚ ਜਦੋਂ ਦੋ ਦਿਖਾਏ ਜਾਂਦੇ ਹੁੰਦੇ ਹਨ ਨਾ ਲੀਡ ਰੋਲ ਦੇ ਵਿੱਚ ਲਵ ਅਫੇਅਰ ਹਾਂਜੀ ਆਬਵੀਅਸਲੀ ਹੈ ਨਾ ਤੇ ਸਟਾਰਟਿੰਗ ਦੇ ਵਿੱਚ ਪਿਆਰ ਹੈ ਕਿ ਹਲੇ ਹੌਲੇ ਹੌਲੇ ਹੋਣਾ ਨਹੀਂ ਮੇਰੇ ਵੱਲੋਂ ਆਪਾਂ ਦੋਸਤੀ ਆ ਲੈਤਾ ਹਾਂ ਲੈਦਾ ਦਾ ਕੁਝ ਨਹੀਂ ਹੈਗਾ ਮੈਂ ਮੈਂ ਨਾਲ ਦੀ ਸੀਨੀਅਰ ਆ ਤੇ ਅਦਾ ਮਤਲਬ ਪ੍ਰੋਫੈਸ਼ਨਲੀ ਕੰਮ ਕਰ ਰਹੇ ਆ ਆਪਾਂ ਬਾਕੀ ਘਰ ਚ ਆਪਾ ਦੋਸਤ ਆ ਬਾਹਰ ਆਪਾ professionਲ ਉਸਤਵ ਕੰਮ ਕਰਦੇ ਆ ਦੇਖੋ ਇਡੀ ਕਿਊਟ ਜੀ ਸੀਨੀਅਰ ਤੁਹਾਡੀ ਹੈ ਨਾ ਹਾਂ ਤੇ ਲਾਈਕ ਜਦੋਂ ਸਹਿਜ ਬਣਦਾ ਤੇ ਮੈਂ ਕਵੀਰ ਕਰ ਉਹ ਦੋ ਫਰੈਂਡਸ਼ਿਪ ਵਾਲਾ ਜਿਹੜਾ ਉਹ ਇੱਕ ਮਾਹੌਲ ਆ ਤੇ ਜਦੋਂ ਇੱਕਦਮ ਸਾਡਾ ਉਹ ਸ਼ਿਫਟ ਪੈਂਦਾ ਹੈ ਕਿ ਆਫੀਸਰਸ ਵਾਲਾ ਤੇ ਉਦੋਂ ਦੋਨਾਂ ਦੀ ਕੈਮਿਸਟੀ ਜਿਹੜੀ ਹੈ ਉਹ ਬਹੁਤ ਲੱਗ ਲੱਗਾ ਇਹ ਮਜ਼ਾ ਆਏਗਾ ਦੇਖਣ ਸਾਰੇ ਹਮ ਬਿਲਕੁਲ ਮਜ਼ਾ ਆਊਗਾ ਤੇ ਜਸਮੀ ਤੁਹਾਡਾ ਤਾਂ ਡੈਬਿਊ ਹੈਗਾ ਨਾ ਇਹ ਹੈ ਨਾ ਤੇ ਤੁਸੀਂ ਤਾਂ ਕਾਫੀ ਸਾਰੇ ਸੀਰੀਅਲਸ ਦੇ ਵਿੱਚ ਕੰਮ ਕਰ ਚੁੱਕੇ ਹੋਗੇ ਤਾਂ ਕਿਵੇਂ ਮਤਲਬ ਇਹ ਤਾਰਾਂ ਕਿਵੇਂ ਜੁੜੀਆਂ ਤੁਹਾਡੀਆਂ ਇਸ ਦੇ ਨਾਲ ਸਹਿਜ ਵੀਰ ਦੇ ਨਾਲ ਦੋਵਾਂ ਦੀਆਂ ਕਿਵੇਂ ਸੀਰੀਅਲ ਤੁਹਾਡੇ ਤੱਕ ਪਹੁੰਚਾਇਆ ਤੁਸੀਂ ਸੀਰੀਅਲ ਤੱਕ ਪਹੁੰਚੇ ਮੈਂ ਹਲੇ ਸਟੱਡੀ ਕਰ ਰਹੀ ਹਾਂ ਮਾਡਲਿੰਗ ਕਰ ਰਹੀ ਸੀ ਨਾਲ ਦੇ ਨਾਲ ਤੇ ਮੈਨੂੰ ਸੋਸ਼ਲ ਮੀਡੀਆ ਦੇ ਥਰੂ ਮੈਸੇਜ ਆਇਆ ਸੀਗਾ ਮੈਂ ਵਿਡਿੰਗ ਅਟੈਂਡ ਕਰ ਰਹੀ ਸੀ ਉਸ ਟਾਈਮ ਕਿ ਤੁਸੀਂ ਆਡਿਸ਼ਨਸ ਦੋ ਤੁਹਾਡੀ ਪ੍ਰੋਫਾਈਲ ਸਿਲੈਕਟ ਹੋ ਗਈ ਤੇ ਮੈਂ ਥੋੜਾ ਜਿਹਾ ਮਿਲਾ ਲਿਆ ਕਿ ਨਹੀਂ ਨਹੀਂ ਹਲੇ ਨਹੀਂ ਦੇਣਾ ਆਡਿਸ਼ਨ ਹਲੇ ਨਹੀਂ ਦੇਣਾ ਤੇ ਉਸ ਤੋਂ ਬਾਅਦ ਮੈਂ ਕਿ ਇਹਨੇ ਪ੍ਰੈਸ਼ਰ ਤੋਂ ਬਾਅਦ ਕਿਉਂਕਿ ਫਰੈਂਡ ਸੀ ਕਿ ਮੇਰੀ ਅਦੀ ਜੀ ਤੇ ਨਹੀਂ ਦੇ ਆਡਿਸ਼ਨਸ ਦੇ ਚਲੋ ਮੈਂ ਦੇ ਦਿੱਤਾ ਮਤਲਬ ਮੈਨੂੰ ਐ ਸੀ ਕਿ ਹੋਏਗਾ ਨਹੀਂ ਹੋਏਗਾ ਬਿਕਾਜ਼ ਹਲੇ ਮੈਂ ਨਿਊ ਆ ਤਾਂ ਜਲਦੀ ਜਲਦੀ ਹੁੰਦਾ ਨਹੀਂ ਬਟ ਉਹ ਹੋ ਗਿਆ ਇਟ ਵਾਸ ਵੈਰੀ ਗੁੱਡ ਨਾ ਮਤਲਬ ਅਲੱਗ ਐਕਸਪੀਰੀਅੰਸ ਸੀਗਾ ਤੁਹਾਨੂੰ ਮਤਲਬ ਆਗੀ ਮੈਨੂੰ ਵੀ ਨਹੀਂ ਪਤਾ ਲਿਹਾ ਵਿਸ਼ਵਾਸ ਹੋਇਆ ਸੀ ਜਦੋਂ ਕਾਲ ਆਈ ਬਿਲਕੁਲ ਵੀ ਵਿਸ਼ਵਾਸ ਨਹੀਂ ਹੋਇਆ ਬਾਈ ਗੋਡ ਮਤਲਬ ਮੈਂ ਉਸ ਤੋਂ ਬਾਅਦ ਵੀ ਕਾਫੀ ਆਡੀਸ਼ਨਸ ਦਿੱਤੇ ਆ ਮੇਰੇ 8-9 ਆਡੀਸ਼ਨਸ ਤੋਂ ਬਾਅਦ ਇਦਾਂ ਨਹੀਂ ਆ ਕਿ ਈਜ਼ੀਲੀ ਸਿਲੈਕਸ਼ਨ ਨਹੀਂ ਹੋਈ ਬਸ ਮਿਹਨਤ ਕੀਤੀ ਐਸ ਕੈਰੈਕਟਰ ਦੇ ਲਈ ਵੀ ਮਿਹਨਤ ਕੀਤੀ ਆ ਆਪਣੇ ਤੇ ਵੀ ਮਿਹਨਤ ਕੀਤੀ ਆ ਦਾਨਾ ਪਾਣੀ ਹੋਵੇ ਦਾਨਾ ਪਾਣੀ ਫੇਕੇ ਚਲਾਂਦਾ ਸਾਰਾ ਉਸ ਹੀ ਨੂੰ ਤੇ ਤੁਹਾਨੂੰ ਤੁਸੀਂ ਉਡਾਰੀਆਂ ਵਾਲੇ ਚੰਗੇ ਲੱਗੇ ਕਿ ਹੋਰ ਕੋਈ ਸੀਰੀਅਲ ਵਾਲੇ ਪਸੰਦ ਆਗੇ ਜ਼ਿਆਦਾ ਮੈਨੂੰ ਲੱਗਦਾ ਉਡਾਰੀਆਂ ਵਾਲੇ ਜ਼ਿਆਦਾ ਪਸੰਦ ਆਗੇ ਤੁਸੀਂ ਅ ਨਹੀਂ ਪਤਾ ਨਹੀਂ ਕਿ ਮੈਂ ਜਦੋਂ ਉਡਾਰੀਆਂ ਕਰ ਰਿਹਾ ਸੀਗਾ ਤੇ ਉਸ ਤੋਂ ਪਹਿਲਾਂ ਮੈਂ ਸਾਜਾ ਸੁਫਨਾ ਕੀਤਾ ਸੀ ਜੀ ਪੰਜਾਬੀ ਦਾ ਉਸ ਤੋਂ ਬਾਅਦ ਮੈਂ ਉਡਾਰੀਆਂ ਚਾਇਆ ਤੇ ਉਹਦੇ ਵਿੱਚ ਹੌਲੀ ਹੌਲੀ ਉਹਨਾਂ ਪਤਾ ਟਰੈਕਸ ਚੇਂਜ ਹੁੰਦੇ ਰਹਿੰਦੇ ਤੇ ਥੋੜੀ ਟਰੈਕ ਚੇਂਜ ਹੋਇਆ ਤੇ ਮੈਨੂੰ ਗੁਰਪ੍ਰੀਤ ਦਾ ਮੈਸੇਜ ਆਇਆ ਜਿੰਨੇ ਗੀਤੋਲੀ ਕਰ ਰਹੀ ਸੀ ਸਰਦਾਰਨੀ ਪ੍ਰੀਤ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤਾਂ ਇੱਕ ਸ਼ੋਅ ਆ ਰਿਹਾ ਤੇ ਤੂੰ ਆਪਣੀ ਪ੍ਰੋਫਾਈਲ ਨੂੰ ਕਰ ਰਗੇ ਤੇ ਉਹ ਉਹਨਾਂ ਦੇ ਥਰੂ ਹੀ ਫਿਰ ਮੈਂ ਸ਼ੈਲੀ ਸੋਨ ਪ੍ਰੋਡਕਸ਼ਨ ਦੇ ਵਿੱਚ ਫਿਰ ਮੇਰੀ ਐਂਟਰੀ ਹੋਈ ਸੀ ਤਿੰਨ ਆਡੀਸ਼ਨਸ ਵਗੈਰਾ ਗਏ ਤੇ ਫਾਈਨਲੀ ਵਿਦ ਅ ਗੋਡਗ੍ਰੇਸ ਮੇਰਾ ਸੈLECTION ਹੋ ਗਿਆ अच्छा हुन ਤਾਂ ਚਲੋ ਚੰਗੀ ਗੱਲ ਹੈ ਨਾ ਕਿ ਪੰਜਾਬੀ ਸੀਰੀਅਲਸ ਆਉਣ ਲੱਗੇ ਪਹਿਲਾਂ ਤਾਂ ਇਸ ਹੁੰਦਾ ਸੀ ਕਿ ਸਿਰਫ ਹਿੰਦੀ ਸੀਰੀਅਲ ਹਿੰਦੀ ਡੇਲੀ ਸੋਪਸ ਦੇਖਨੇ ਦੇਖਦੇ ਸੀ ਤੁਸੀਂ ਦੋਨੋਂ ਹਾਂ ਬਿਲਕੁਲ ਦੇਖਦੇ ਸੀ ਯਾਰ ਕਿਹੜਾਂ ਵਾਲਾ ਸੀ ਤੁਹਾਡਾ ਫੇਵਰਿਟ ਸਾਦਨੀ ਭਾਨਾ ਸਾਥੀਆ ਗੋਪੀ ਵਾਹੂ ਅਕਸ਼ਰਾ ਵਾਲਾ ਜਿਹੜਾ ਆਉਂਦਾ ਸੀ ਨਾਗਿਨ ਦੇ ਸਾਰੇ ਸੀਜ਼ਨਸ ਦੇਖੇ ਆ ਮੈਂ ਮਤਲਬ ਨਾਗਿਨ 5 ਤਾਂ ਮੇਰਾ ਫੇਵਰਿਟ ਰਹਿਆ ਸੋ ਮੈਂ ਦੇਖਦੀ ਹੁੰਦੀ ਸੀ ਬਟ ਵਿੱਚ ਮੇ ਛੱਡਤਾ ਸੀ ਬਿਲਕੁਲ ਹੀ ਕਿਉਂਕਿ ਥੋੜਾ ਜਿਹਾ ਹੋ ਰਹਿੰਦਾ ਨਾ ਕਿ ਯਾਰ ਨਹੀਂ ਬਸ ਹੋ ਗਿਆ ਹੁੰਦਾ ਕੀ ਕੁੜੀ ਤਾਂ ਦੇਖ ਕੇ ਆਈ ਆ ਸੀਰੀਅਲਸ ਮੈਂ ਨਹੀਂ ਕਿਉਂਕਿ ਮੈਂ ਟੀਚਿੰਗ ਡਿਪਾਰਟਮੈਂਟ ਸੀਗਾ ਇਸ ਤੋਂ ਪਹਿਲਾਂ ਤੇ ਮੈਂ 10 ਸਾਲ ਐਜ਼ ਅ ਸਾਇੰਸ ਟੀਚਰ ਕੰਮ ਕੀਤਾ ਸੀ CBSE ਸਕੂਲ ਦੇ ਵਿੱਚ ਮੈਂ ਬੜਾ ਤੇ ਉਹ ਉਸ ਟਿਕਰ ਮੈਂ ਕਦੀ ਮਤਲਬ ਇਨਾ ਕੀਤਰੀ ਮੂਵੀਜ਼ ਐਂਡ ਵੈਬ ਸੀਰੀਜ਼ ਮੈਂ ਜ਼ਰੂਰ ਦੇਖਦਾ ਸੀ ਤੇ ਘਰ ਬਟ ਮਮ ਜਾਂ ਵਾਈਫ ਉਹ ਸਾਰੇ ਜ਼ਰੂਰ ਦੇਖਦੇ ਸੀ ਜਦੋਂ ਉਹ ਚੱਲ ਰਿਆ ਹੁੰਦਾ ਉਦੋਂ ਬੰਦਾ ਦੇਖ ਲੈਂਦਾ ਕਿ ਹਾਂ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਉਹ ਤੋਂ ਜ਼ਿਆਦਾ ਮੈਂ ਆ ਕਦੀ ਸੀਰੀਅਲ ਚ ਇਨਵੋਲ ਨਹੀਂ ਹੋਇਆ ਉਦੋਂ ਤੱਕ ਜਦੋਂ ਮੈਂ ਆ ਪਾਣਾ ਸ਼ੁਰੂ ਹੋਇਆ ਫੇ ਮੈਂ ਦੇਖਨੇ ਸ਼ੁਰੂ ਕੀਤੇ ਅੱਛਾ ਇਹ ਤਾਂ ਕਾਫੀ ਇੰਟਰਸਟਿੰਗ ਹੈ ਨਾ ਕਿ ਮਤਲਬ ਟੀਚਰ ਵੀ ਸਾਇੰਸ ਟੀਚਰ 뮤직 ਟੀਚਰ ਹੁੰਦਾ ਹਨਾ ਡਾਂਸ ਟੀਚਰ ਹੁੰਦਾ ਤਾਂ ਆਪਾਂ ਇੱਕ ਵਾਰ ਟਾਈਮ ਤੇ ਸੋਚ ਲੈਂਦੇ ਹਾਂ ਸਾਇੰਸ ਇਟ ਦਾ ਮਤਲਬ ਵਧੀਆ ਹੀਰੋ ਮਤਲਬ ਕਿਵੇਂ ਇਹ ਕਿਵੇਂ ਕੀ ਹੋਇਆ ਕੀ ਮਤਲਬ ਕਿਵੇਂ ਇਹ ਮਨ ਬਦਲਿਆ ਕੀ ਕਿਸੇ ਨੂੰ ਪਸੰਦ ਆ ਗਿਆ ਤੁਸੀਂ ਕੀ ਹੋਇਆ ਇਹ ਮੇਰਾ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਮੈਂ ਇਸ ਫੀਲਡ ਚ ਐਕਟਿੰਗ ਫੀਲਟੀ ਆਣਾ ਜਾਂ ਮੋਡਲਿੰਗਸ ਜਾਵਾ ਜਾਂ ਐਕਟਿੰਗ ਚ ਜਾਵਾ ਬਟ ਉਹ ਕਹਿੰਦੇ ਨਾ ਜਿਦਦਰ ਰਾ ਆਪਣੇ ਆਪ ਹੀ ਬਣਦੇ ਰਹਿੰਦੇ ਆ ਕਿ ਪਹਿਲਾਂ ਮੈਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀਐਡ ਕੀਤੀ ਤੇ ਉਹ ਸਰਕਮਸਟੈਂਸਸ ਮੈਨੂੰ ਟੀਚਿੰਗ ਵੱਲ ਲੱਗੇ ਬਟ ਹੌਲੀ 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 ਮੈਂ ਇਹਦਾ ਟਰਾਈ ਕਰ ਰਿਹਾ ਸੀ ਤੇ ਟਾਈਮ ਜ਼ਰੂਰ ਲੱਗਾ ਮੈਨੂੰ ਸਾਢੇ 4-5 ਸਾਲ ਲੱਗ ਗਏ 2017 ਦੇ ਵਿੱਚ ਮੈਂ ਪਹਿਲਾਂ ਆਪਣਾ ਇੱਕ ਛੋਟਾ ਜਿਹਾ ਗਾਣੇ ਦਾ ਪ੍ਰੋਜੈਕਟ ਕੀਤਾ ਸੀ ਫਿਰ ਉਸ ਤੋਂ ਬਾਅਦ ਚਲਦੇ 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 ਫਾਈਨਲੀ ਮੇਰਾ ਜਦੋਂ ਮੈਨੂੰ ਇੱਕ ਸਾਂਝਾ ਸੁਪਨਾ ਚ ਇੱਕ ਮਤਲਬ ਵੱਡਾ ਰੋਲ ਮਿਲਿਆ ਪੈਨਲ ਲੀਡ ਦਾ ਥੈਨ ਆਈ ਕੁਇਟ ਟੀਚਿੰਗ ਫਿਰ ਮੈਂ ਟੋਟਲੀ ਸ਼ਿਫਟ ਹੋ ਗਿਆ ਇਧਰ ਲਿਖਾ ਸੇ ਇੱਕ ਟੀਚਰ ਹਨਾ ਤੇ ਸਟੂਡੈਂਟਸ ਨਾਲ ਟੀਚਰਸ ਦਾ ਬੜਾ ਲਗਾਵ ਹੁੰਦਾ ਹੈ ਤੇ ਸਟੂਡੈਂਟਸ ਦਾ ਵੀ ਆਪਣੇ ਟੀਚਰ ਨਾਲ ਇੱਕ ਬੜਾ ਲਗਾਵ ਹੁੰਦਾ ਹੁਣ ਸਟੂਡੈਂਟਸ ਐ ਜਿਹੜੇ ਤੁਹਾਨੂੰ ਮੈਸੇਜ ਕਰਦੇ ਨੇ ਕਿ ਸਰ ਬੜੇ ਵਧੀਆ ਲੱਗ ਰਹੇ ਹੋ ਤੁਸੀਂ ਤਾਂ ਸਾਨੂੰ ਵੀ ਅੱਗੇ ਜੋੜੋ ਨਹੀਂ ਆਂਦੇ ਮੈਨੂੰ ਆਪਣੇ ਕਲੀਸ ਦੇ ਮੈਸੇਜਸ ਆਪਣੇ ਜਿਹੜੇ ਪੁਰਾਣੇ ਚੀਜ਼ ਦੇ ਮੈਨੂੰ ਕੋ ਪੜ ਕੇ ਗਿਆ ਹੁਣ ਓਬਵੀਅਸ ਉਹ ਅੱਗੇ ਗ੍ਰੈਜੂਏਸ਼ਨ ਲੈਵਲ ਤੱਕ ਚਲੇ ਗਏ ਕਿਉਂਕਿ ਕਾਫੀ ਸਾਲ ਹੋ ਗਏ ਮੈਨੂੰ ਕਰਾਂਦੇ ਨੂੰ ਤੇ ਉਹਨਾਂ ਦੇ ਮੈਸੇਜ ਆਉਂਦੇ ਤਾਂ ਚੰਗਾ ਲੱਗਦਾ ਕਿ ਹੱਲੇ ਵੀ ਕੀ ਹੌਸਲਾ ਹੁੰਦਾ ਹੋਣਾ ਹੈ ਨਾ ਕਿ ਸਾਡੇ ਸਰ ਹੈਗੇ ਆ ਜੇ ਹੁਣ ਅਸੀਂ ਅੱਗੇ ਵਧਣਾ ਹੈਗਾ ਤਾਂ ਅਸੀਂ ਸਰ ਨੂੰ ਫੋਨ ਕਰਾਂਗੇ ਹਾਂਜੀ 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 ਤੇ ਬਾਕੀ ਮੈਂ ਬਹੁਤ ਲੱਕੀ ਰਿਆਂ ਕਿ ਜਦੋਂ ਮੈਂ ਟੀਚਿੰਗ ਡਿਪਾਰਟਮੈਂਟ ਦੀ ਸੀ ਤੇ ਕਿਉਂਕਿ ਅਗਰ ਤੁਸੀਂ ਡਾਇਰੈਕਟਿੰਗ ਵਾਲਾ ਨਾ ਤੁਹਾਨੂੰ बार-बार ਇੱਧਰ ਆ ਕੇ ਆਡੀਸ਼ਨਸ ਦੇਣੇ ਆ ਜਾਂ ਲੁੱਕ ਟੈਸਟ ਲਈ ਆਣਾ ਤੇ ਇਹਨਾਂ ਚੀਜ਼ਾਂ ਲਈ ਆਣਾ ਪੈਂਦਾ ਸੀ ਤਾਂ ਜਿਹੜੇ ਮੇਰੇ ਕਲੀਕ ਸੀ ਜਾਂ ਪ੍ਰਿੰਸੀਪਲ ਸੀ ਜਾਂ ਮੈਨੇਜਮੈਂਟ ਸਕੂਲ ਦੀ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਕਿ ਮੈਂ ਇੱਧਰ ਆ ਪਾਇਆ ਕਿਉਂਕਿ ਫਗਵਾੜੇ ਤੋਂ ਚੰਡੀਗੜ੍ਹ ਬਾਰ-ਬਾਰ ਆਣਾ ਛੁੱਟੀਆਂ ਲੈ ਕੇ ਆਣਾ ਹੌਲਿਡੇ ਮੰਗਣੀ ਉਹ ਚ ਉਹਨਾਂ ਨੇ ਮੇਰਾ ਸਾਥ ਵੜਾ ਦਿੱਤਾ ਤਾਂ ਤਾਂ ਹੀ ਮੈਂ ਇੱਧਰ ਆ ਪਾਇਆ ਬਹੁਤ ਚੰਗੀ ਗੱਲ ਆ ਤੁਹਾਡਾ ਜਿਹੜਾ ਇੱਕ ਹੁੰਦਾ ਨਾ ਕਿ ਹੁਨਰ ਹੁਨਰ ਨੂੰ ਉਹ ਵਧੀਆ ਇੱਕ ਮੌਕਾ ਮਿਲ ਗਿਆ ਤੁਹਾਨੂੰ ਕਿ ਤੁਸੀਂ ਆਪਣਾ ਹੁਨਰ ਦਿਖਾ ਸਕਦੇ ਹੋ ਹੁਣ ਤੇ ਜਸਮਿਤ ਤੁਸੀਂ ਸ਼ੁਰੂ ਤੋਂ ਸੋਚਿਆ ਸੀ ਕਿ ਤੁਸੀਂ ਕਹਿੰਦੇ ਤੁਸੀਂ ਮੋਡਲਿੰਗ ਕਰਦੇ ਸੀ ਐਕਟਿੰਗ ਬਾਰੇ ਸੋਚਿਆ ਸੀਗਾ ਮੈਂ ਸੋਚਿਆ ਸੀ ਮੈਂ ਮੈਨੂੰ ਆ ਸੀ ਕਿ ਮੇਰੀ ਵੀ ਹੋ ਜੇਗੀ ਕੰਪਲੀਟ ਸਟੱਡੀ ਉਸ ਤੋਂ ਬਾਅਦ ਮੈਂ ਸਟਾਰਟ ਕਰੂੰ ਕਿਉਂਕਿ ਮੈਨੂੰ ਐਸੀ ਸਟੱਡੀ ਕੰਪਲੀਟ ਕਰ ਲੈ ਪਹਿਲਾਂ ਬਟ ਉਸ ਤੋਂ ਪਹਿਲਾਂ ਹੀ ਮੌਕਾ ਆ ਗਿਆ ਕਾਲ ਤੇ ਮੈਂ ਛੱਡਿਆ ਨਹੀਂ ਫਿਰ ਅੱਜ ਕੱਲ ਤਾਂ ਨਾ ਜਿਹੜੇ ਨਵੇਂ ਫੇਸਿਸ ਹੁੰਦੇ ਨੇ ਉਹਨਾਂ ਨੂੰ ਵੈਬ ਸੀਰੀਜ਼ ਵੱਲ ਵੀ ਕਾਫੀ ਜ਼ਿਆਦਾ ਲਿਆ ਜਾਂਦਾ ਹੈਗਾ ਹੈਣਾ ਤੇ ਡੇਲੀ ਸੋਪਸ ਦੇ ਵਿੱਚ ਵੀ ਮੈਕਸਿਮਮ ਆਪਾਂ ਦੇਖਦੇ ਹੈਗੇ ਆ ਜਿਹੜੇ ਹਿੰਦੀ ਜਿਨੇ ਵਿੱਚ ਚੈਨਲਸ ਹੈਗੇ ਨੇ ਉਹਨਾਂ ਦੇ ਵਿੱਚ ਦੇਖਦੇ ਆ ਕਿ ਨਿਊ ਫੇਸਿਸ ਨੂੰ ਬਹੁਤ ਜਲਦੀ ਲੈਂਦੇ ਹੁੰਦੇ ਆ ਤਾਂ ਤੁਸੀਂ ਉਹਦਾ ਟਰਾਈ ਕੀਤਾ ਸੀ ਕਿ ਤੁਸੀਂ ਇਹ ਸੋਚਿਆ ਕਿ ਲੱਕ ਹੋਇਆ ਕਿ ਹੁਣ ਮੈਂ ਟਰਾਈ ਨਹੀਂ ਕੀਤਾ ਸੀ ਹਲੇ ਮੇਰਾ ਪਹਿਲਾ ਟਰਾਈ ਸੀਗਾ ਸਟੱਡੀ ਕੰਪਲੀਟ ਕਰਨੀ ਸੀ ਹਲੇ ਪਹਿਲਾਂ ਮੈਂ ਆ ਸੋਚਿਆ ਸੀ ਕਿ ਸਟੱਡੀ ਕੰਪਲੀਟ ਕਰਨੀ ਹੈ ਸੋ ਬਾਈਟ ਮੇਰੇ ਕਾਲਜ ਨੇ ਬਹੁਤ ਸਪੋਰਟ ਕੀਤਾ ਮੇਰੀ ਅਟੈਂਡੈਂਸ ਕਦੇ ਸ਼ੋਰਟ ਨਹੀਂ ਹੋਈ ਮੈਨੂੰ ਲੱਗ ਉਹਨਾਂ ਨੇ ਸੀ ਕਿ ਆ ਸਾਡਾ ਬੱਚਾ ਕੁਝ ਕਰ ਰਿਹਾ ਬਾਹਰ ਤੇ ਅਸੀਂ ਸਪੋਰਟ ਕਰਨਾ ਚਾਹੀਦਾ ਨਾ ਸੋ ਟੀਚਰਸ ਦੇ ਹੁਣ ਵੀ ਮੈਸੇਜ ਆਉਂਦੇ ਕਿ ਆਰ ਡੂਇੰਗ ਗੁੱਡ ਤੇ ਆ ਕੇ ਮਿਲਿਓ ਸਾਨੂੰ ਤੇ ਹਲੇ ਮੇਰੇ ਐਗਜ਼ਾਮਸ ਨੇ ਨੈਕਸਟ ਮੰਥ ਮੈਂ ਜਾਣਾ ਤੇ ਫਿਰ ਐਗਜ਼ਾਮਸ ਦੇ ਵਿੱਚ ਸ਼ੂਟਿੰਗ ਨੂੰ ਕਿਵੇਂ ਮੈਨੇਜ ਕਰਾਂ ਹਲੇ ਤਾਂ ਹੋਈ ਨਹੀਂ ਹਲੇ ਨੈਕਸਟ ਮੰਥ ਆਵਾਂ ਮੈਨੇਜ ਕਰਾਂਗੇ ਉਹ ਵੀ ਕਰਾਂਗੇ ਨੋ ਵਰੀ ਕਰਨਾ ਹੀ ਪੈਣਾ ਯੂ نو ਸਹਜ ਹਨ ਵੀਰਾ ਕਰ ਵੀ ਮੈਨੇਜ ਕਰਨਾ ਤੇ 12 ਵੀ ਮੈਨੇਜ ਕਰਨਾ ਕਿਉਂਕਿ ਜਦੋਂ ਵੀ ਆਪਾਂ ਕਿਸੇ ਐਕਟਰ ਨੂੰ ਮਿਲਦੇ ਹੈਗੇ ਨਾ ਨਾ ਜਿਨ੍ਹਾਂ ਦੀ ਸਟੱਡੀ ਚੱਲ ਰਹੀ ਹੁੰਦੀ ਆ ਤ ਉਸ ਦਾ ਚਲੋ ਵੱਡੇ ਹੋ ਗਏ ਹਾਂ ਚਾਈਲਡ ਆਰਟਿਸਟ ਨੂੰ ਵੀ ਮਿਲਦੇ ਹੁੰਦੇ ਹਨ ਨਾ ਤਾਂ ਆਪਾਂ ਇਹ ਸੋਚਦੇ ਆ ਹਰ ਕਿਸੇ ਦੇ ਮਨ ਦੇ ਵਿੱਚ ਇਹ ਸਵਾਲ ਉੱਠਦੇ ਆ ਕਿ ਐਕਟਿੰਗ ਦੇ ਨਾਲ ਨਾਲ ਕਿਉਂਕਿ ਐਕਟਿੰਗ ਵੀ ਸੌਖਾ ਤਾਂ ਹੈ ਨਹੀਂ ਲੰਬੇ-ਲੰਬੇ ਸ਼ਿਫਟਸ ਵੀ ਹੁੰਦੀਆਂ ਹੈਗੀਆਂ ਨੇ ਤੇ ਫਿਰ ਟੇਕ ਟੂ ਟੇਕ ਕਿੰਨਾ ਕੁਝ ਹੁੰਦਾ ਹੈਗਾ ਤਾਂ ਕਿਵੇਂ ਮੈਨੇਜ ਹੁੰਦਾ ਹੈ ਸਪੈਸ਼ਲੀ ਐਗਜ਼ਾਮਸ ਥੀ ਮੈਂ ਆਪਣਾ ਤੇ ਨਹੀਂ ਬਟ ਜਿਹੜੇ ਛੋਟੇ ਬੱਚੇ ਹੁੰਦੇ ਨੇ ਸਾਡੇ ਸੈੱਟ ਤੇ ਵੀ ਕੰਮ ਕਰ ਰਹੇ ਨੇ ਸਭ ਸਕੂਲ ਜਾਂਦੇ ਆ ਮਤਲਬ ਹਲੇ ਸਾਡੀ ਸੈੱਟ ਤੇ ਹੈਗੀ ਹੈ ਕੁੜੀ ਮਿੰਟੀ ਤਾਂ ਕੈਰੈਕਟਰ ਪਲੇ ਕਰ ਰਹੀ ਹੈ ਸੋ ਉਹਦੇ 92% ਆਇਆ ਤੇ ਉਹ ਮਤਲਬ ਡੇਲੀ ਆ ਰਹੀ ਹੈ ਪੀਰ ਵੀ ਮਤਲਬ ਸਟੱਡੀ ਚ ਵੀ ਇੰਨੀ ਅੱਛੀ ਮਤਲਬ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਇਸ ਜੇ ਕਿ ਪੇਰੈਂਟਸ ਮੈਨੇਜ ਕਰ ਰਹੇ ਹਨ ਡਬਲ ਮਿਹਨਤ ਪੇਰੈਂਟਸ ਦੀ ਹੈ ਆ ਬੱਚਾ ਤਾਂ ਚਲੋ ਉਹਨਾਂ ਤਾਂ ਪਤਾ ਹੀ ਨਹੀਂ ਉਹ ਤਾਂ ਬਹੁਤ ਛੋਟੀ ਹੈ ਕੀ ਹੋ ਰਿਹਾ ਉਹਨੂੰ ਤਾਂ ਜੋ ਸਿਖਾ ਰਹੇ ਆ ਉਹ ਕਰ ਲੈਂਦੀ ਹੈ ਬਟ ਜਿਹੜੇ ਮਦਰ ਉਹਨਾਂ ਦੀ ਡਿਊਟੀ ਪੂਰੀ 12 ਘੰਟੇ ਦੀ ਆਣਾ ਲੈ ਕੇ ਆਣਾ ਜਾਣਾ ਉਹਨੂੰ ਪੜਾਣਾ ਉਹਨੂੰ ਖਵਾਣਾ ਸਾਰਾ ਜੋ ਡਿਊਟੀ ਉਹ ਮਦਰ ਦਾ ਰੋਲ ਉੱਥੇ ਜਿਹੜਾ ਨਾਲ ਲੈ ਕੇ ਆਂਦੇ ਉਹਨਾਂ ਦਾ ਬੜਾ ਇੰਪੋਰਟੈਂਟ ਹੈ ਕਿਉਂਕਿ ਜਦੋਂ ਟੈਕ ਲੱਗਿਆ ਉਦੋਂ ਕਰਾ ਦੇਣਾ ਯਾਦ ਕਰਾ ਦੇਣਾ ਬਟ ਉਸ ਤੋਂ ਬਾਅਦ ਉਹ ਬੁੱਕ ਇਹ ਚੀਜ਼ ਹੈ ਇਹ ਵੀ ਬਹੁਤ ਔਖਾ ਕੰਮ ਹੈ ਇਸ ਦਾ ਬਹੁਤ ਵੱਡਾ ਰੋਲ ਹੁੰਦਾ ਮੈਨੂੰ ਲੱਗਦਾ ਕਿ ਤੇ ਜਸਮੀਤ ਇਸ ਦੇ ਵਿੱਚ ਨਾ ਤੁਸੀਂ ਅੰਡਰ ਕਵਰ ਏਜੰਟ ਬਣਿਓ ਅੰਡਰ ਕਵਰ ਏਜੰਟ ਤੇ ਕਾਫੀ ਸਾਰੀਆਂ ਫਿਲਮਾਂ ਵੀ ਬਣੀਆਂ ਹੋਈਆਂ ਹੈਗੀਆਂ ਨੇ ਹੈਨਾ ਮਿਸਿਸ ਅੰਡਰ ਕਵਰ ਹੀ ਆਈ ਹੋਈ ਹੈ ਹੈਨਾ ਤੁਸੀਂ ਉਹ ਦੇਖਿਆ ਸੀ ਪਹਿਲਾਂ ਕਿਸ ਤਰ੍ਹਾਂ ਤਿਆਰੀ ਕੀਤੀ ਤੁਸੀਂ ਇਸ ਰੋਲ ਦੇ ਲਈ ਦੇਖਿਆ ਮੈਂ ਮਰਦਾਨੀ মুਵੀਜ਼ ਮਰਦਾਨੀ মুਵੀ ਦੇਖੀ ਹੈ ਪ੍ਰਿਆੰਕਾ ਚੋਪੜਾ ਦੀ ਦੇਖੀ ਹੈ ਜੈ ਗੰਗਾ ਜਲ ਦਾ ਨਾ ਮਤਲਬ ਇਹ মুਵੀਜ਼ ਤਾਂ ਕਾਫੀ ਗੌਰ ਕੀਤੀ ਹੈ ਮੈਂ ਕਿਉਂਕਿ ਉਹਨਾਂ ਦੇ ਕੈਰੈਕਟਰ ਮੈਨੂੰ ਫੜਨਾ ਸੀ ਕਿ ਕਿਸ ਤਰ੍ਹਾਂ ਚੱਲਦੇ ਆ ਬੋਲਦੇ ਆ ਸ ਨੋ ਮਿਹਨਤ ਲੱਗੀ ਕੈਰੈਕਟਰ ਨੂੰ ਪਲੇ ਕਰਨ ਚ ਜਾਂ ਮੈਂ ਕਰ ਰਹੀ ਹਾਂ ਜੋ ਵੀ ਅੱਗੇ ਸੋ ਹੈ ਤੇ ਇਹ ਜੇ ਜਦੋਂ ਇਸ ਤਰ੍ਹਾਂ ਦਾ ਕੋਈ ਹੁੰਦਾ ਹੈਗਾ ਨਾ ਕੋਈ ਵੀ ਰੋਲ ਹੁੰਦਾ ਹੈਗਾ ਤਾਂ ਸਪੈਸ਼ਲੀ ਉਹਦੇ ਵਿੱਚ ਢਲਣਾ ਵੀ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਚੈਲਿੰਜਿੰਗ ਹੁੰਦਾ ਕਿਉਂਕਿ ਪ੍ਰੈਕਟਿਸ ਕਰਨੀ ਐਕਸ਼ਨ ਸੀਕੁਐਂਸ ਹੁੰਦੇ ਆ ਤਾਂ ਵਰਕਸ਼ਾਪਸ ਹੋਈਆਂ ਸੀ ਕਿਸ ਤਰ੍ਹਾਂ ਨਾਲ ਪ੍ਰੈਕਟਿਸ ਕੀਤੀ ਪਹਿਲਾਂ ਸਾਡੀ ਵਰਕਸ਼ਾਪਸ ਹੋਈਆਂ ਸੀ ਆਈ ਗੈਸ ਦੋ ਤਿੰਨ ਦਿਨ ਵਰਕਸ਼ਾਪ ਚੱਲੀ ਆ ਪ੍ਰਸਕ੍ਰਿਪਟ ਤੇ ਕੰਮ ਕੀਤਾ ਆ ਬਾਕੀਆਂ ਨਾਲ ਗੱਲਾਂ ਬਾਤਾਂ ਕਿ ਬਿਕੋਜ਼ ਜੇ ਤੁਸੀਂ ਕਿਸੇ ਨਾਲ ਕੰਮ ਕਰਨਾ ਹੈ ਉਹਨਾਂ ਨੂੰ ਪਹਿਲਾਂ ਖੋਲਣਾ ਪੈਂਦਾ ਮੈਂ ਇਹਨਾਂ ਨੂੰ ਜਾਣਦੀ ਨਹੀਂ ਸੀ ਤਾਂ ਪਹਿਲਾਂ ਆਬਵੀਜੀ ਗੱਲ ਆ ਪਹਿਲਾਂ ਸਾਡੀ ਦੁਨ ਦੀ ਅਲੱਗ 5-6 ਦਿਨ ਇੱਕ ਵਰਕਸ਼ਾਪ ਹੋਈ ਨਾਲ ਹਰਪਾਲ ਸਰ ਸੀਗੇ ਜਿਹੜੇ ਥੀਏਟਰ ਆਰਟਿਸਟ ਨੇ ਹੋ ਤੇ ਉਹਨਾਂ ਨੇ ਸਾਨੂੰ ਮਤਲਬ ਹਰ ਚੀਜ਼ ਥੀਏਟਰ ਦੀ ਮਤਲਬ ਏ ਟੂ ਜਿੰਨਾ ਵੀ ਖਰਾਕ ਸਕੇ ਸਾਨੂੰ ਤੇ ਉਹਨਾਂ ਨੇ ਬੇਸਿਕ ਬੇਸਿਕ ਚੀਜ਼ਾਂ ਜਾਂ ਇੰਪੋਰਟੈਂਟ ਚੀਜ਼ਾਂ ਜੋ ਸਾਡੇ ਕਰੈਕਟਰ ਲਈ ਚਾਹੀਦੀਆਂ ਸੀਗੀਆਂ ਉਹਨਾਂ ਨੇ ਸਾਨੂੰ ਦੋ ਦੋ ਤਿੰਨ ਤਿੰਨ ਘੰਟੇ ਰੋਜ਼ ਦੇ ਲਗਵਾ ਦੀ ਪ੍ਰੈਕਟਿਸ ਕੀਤੀ ਸੀਨਸ ਪ੍ਰੈਕਟਿਸ ਕੀਤੇ ਤੇ ਫਿਰ ਜਾ ਕੇ ਥੋੜਾ ਜਿਹਾ ਮਿਹਨਤ ਤਾਂ ਹੁਣ ਵੀ ਚੱਲੀ ਰਹੀ ਹੈ ਸਾਡੇ ਡਾਇਰੈਕਟਰ ਸਰ ਅ ਪ੍ਰਵੀਨ ਪੁੰਨਿਆ ਸਰ ਤਾਂ ਮਤਲਬ ਹਲੇ ਵੀ ਮਤਲਬ ਡੇਲੀ ਉਹਨਾਂ ਦਾ ਹੁੰਦਾ ਕਿ ਆ ਕਰੋ ਪਰ ਮਤਲਬ ਹਲੇ ਵੀ ਮਿਹਨਤ ਚੱਲੀ ਰਹੀ ਹੈ ਹਰ ਚੀਜ਼ ਤੇ ਨਵੀਂ ਚੀਜ਼ ਮਿਲ ਜਾਂਦੀ ਹੈ ਡੇਲੀ ਕਿਸ ਤੇ ਵੀ ਮਿਹਨਤ ਕਰਨੀ ਆ ਹੁਣ ਇਸ ਤੇ ਵੀ ਮਿਹਨਤ ਕਰਨੀ ਆ ਤਾਂ ਐਦਾਂ ਨਹੀਂ ਹੈ ਕਿ ਮਿਹਨਤ ਰੁੱਕ ਗਈ ਜਾਂ ਉਹ ਤਾਂ ਚਲਦੀ ਰਹਿਣੀ ਹੈ ਮੈਨੂੰ ਲੱਗਦਾ ਵੀ ਹਰ ਰੋਜ਼ ਨਵਾਂ ਸੀਨ ਨਵਾਂ ਲਾਈਕ ਡਰਾਮਾ ਇੱਕ ਤਰੀਕੇ ਦਾ ਨਵੇਂ ਸੀਨਸ ਐ ਇਮੋਸ਼ਨਸ ਹਰ ਟਾਈਮ ਤੇ ਚੇਂਜ ਹੋ ਰਿਹਾ ਯਾਰ ਹਾਂ ਕਿ ਕਿਉਂਕਿ ਜਿੱਦਾਂ ਦਾ ਸਟੋਰੀ ਚੱਲੇਗੀ ਕਿ ਰੋਣਾ ਆਏਗਾ ਹਸਣਾ ਆਏਗਾ ਗੁੱਸਾ ਆਏਗਾ ਹੁਣ ਜੇ ਬਾਹਰ ਆ ਕੋਪ ਕੋਪ ਉਹ ਇਕਦਮ ਕਰ ਕੋਈ ਇਦਾਂ ਦੀ ਸਿਚੁਏਸ਼ਨ ਆ ਕਿ ਪਤਾ ਨਹੀਂ ਇਕਦਮ ਸੈਡ ਮੂਡ ਚਾ ਬਾਹਰ ਇਕਦਮ ਜਾਣਾ ਪੈਗਾ ਉਹ ਇਹਦੇ ਸ਼ਿਫਟਿੰਗਸ ਆ ਉਹ ਉਹ ਆ ਰਹੀਆਂ ਹੁਣ ਉੱਤੇ ਕੰਮ ਕਰਨਾ ਪੈ ਰਿਹਾ ਸ਼ੀਸ਼ੇ ਮੂਰੇ ਖੜੇ ਹੋ ਗਏ ਡਾਇਲੌਗਸ ਨੂੰ ਰਿਪੀਟ ਅੱਖਾਂ ਐਂ ਸਾਰੀ ਚੀਜ਼ਾਂ ਕਰਨੀਆਂ ਪੈ ਰਹੀ ਮਿਹਨਤ ਲੱਗ ਰਹੀ ਮਿਹਨਤ ਹਰ ਚੀਜ਼ ਮੰਗਦੀ ਹੁੰਦੀ ਹੈ ਹੈਨਾ ਤੇ ਜਿਵੇਂ ਨਾ ਜਸਮੀਤ ਤੁਸੀਂ ਕਿਹਾ ਕਿ ਤੁਸੀਂ ਕਾਫੀ ਸਾਰੇ ਸੀਰੀਅਲਸ ਦੇਖਦੇ ਹੁੰਦੇ ਸੀ ਪੰਜਾਬੀ ਇੰਡਸਟਰੀ ਸਾਡੀ ਨੋ ਡਾਊਟ ਬਹੁਤ ਸੋਨਾ ਕੰਮ ਕਰ ਰਹੀ ਹੈ ਮਿਊਜ਼ਿਕ ਇੰਡਸਟਰੀ ਹੋਵੇ ਫਿਲਮ ਇੰਡਸਟਰੀ ਹੋਵੇ ਤੇ ਹੁਣ ਸੀਰੀਅਲਸ ਦੇ ਵਿੱਚ ਵੀ ਅਸੀਂ ਬਹੁਤ ਸੋਨਾ ਕਰ ਰਹੇ ਹੈਗੇ ਆ ਤੁਸੀਂ ਉਹ ਸੀਰੀਅਲਸ ਦੇਖਦੇ ਸੀ ਤੁਸੀਂ ਘਟ ਦੇਖਦੇ ਸੀ ਹੈਨਾ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਜਿਹੜੀ ਹਿੰਦੀ ਇੰਡਸਟਰੀ ਹੈਗੀ ਹੈ ਡੇਲੀ ਸੋਪਸ ਲਈ ਸੀਰੀਅਲਸ ਲਈ ਤੇ ਸਾਡੀ ਪੰਜਾਬੀ ਇੰਡਸਟਰੀ ਹੈ ਕੀ ਹੈ ਕਿਤੇ ਨਾ ਕਿਤੇ ਕੋਈ ਕਮੀ ਹੈਗੀ ਹੈ ਜਿਸ ਨੂੰ ਪੂਰੀ ਕਰਨ ਦੀ ਲੋੜ ਹੈਗੀ ਹੈ ਹਾਲੇ ਮੈਨੂੰ ਨਹੀਂ ਲੱਗਦਾ ਬਿਕਾਜ਼ ਬਹੁਤ ਇੰਪਰੂਵ ਕਰ ਗਈ ਹੈ ਸਾਡੀ ਪੰਜਾਬੀ ਇੰਡਸਟਰੀ ਹੁਣ ਟੱਕਰ ਦੇ ਸਕਦੀ ਹੈ ਹਿੰਦੀ ਦੇ ਉਹ ਦੂਜੀ ਇੰਡਸਟਰੀ ਨੂੰ ਸਾਡਾ ਸ਼ੋਅ ਬਿਲਕੁਲ ਅਲੱਗ ਲੈਵਲ ਦਾ ਆ ਮਤਲਬ ਕੁਝ ਨਵਾਂ ਲੈ ਕੇ ਆ ਰਹੇ ਆ ਜੀ ਪੰਜਾਬੀ ਤਾਂ ਮੈਨੂੰ ਨਹੀਂ ਲੱਗਦਾ ਕਿ ਕੁਝ ਕਮੀ ਹੈਗੀ ਆ ਹੁਣ ਇਹਨਾਂ ਨੇ ਛੱਡੀ ਆ ਕੋਈ ਕਮੀ ਨਹੀਂ ਮਤਲਬ ਇੱਕਦਮ ਡਿਫਰੈਂਟ ਕਨਸੈਪਟ ਆ ਲਾਈਕ ਮਤਲਬ ਕੌਪਸ ਯਾ ਜਿਹੜਾ ਇੱਕਦਮ ਆਪਣਾ ਨਾ ਸੀਰੀਅਲ ਚੱਪਾ ਜਨਰੀ ਹੁੰਦਾ ਸਾਸ ਬੋਹ ਦੇ ਝਗੜੇ ਟਾਈਪ ਉਹਨਾਂ ਮਤਲਬ ਉਹ ਵੀ ਹੈ ਮਤਲਬ ਉਹ ਵੀ ਤਾਂ ਹੋਏਗੀ ਹੋਏਗੀ ਆਬਵੀਅਸ ਬਟ ਇਹਦੇ ਨਾਲ ਮਸਾਲਾ ਮਸਾਲਾ ਰਿਵਿਊ ਕਹ ਤੁਸੀਂ ਕਹਿ ਸਕਦੇ ਜੋ ਡੇਲੀ ਸੋਪਸ ਦਾ ਮੇਨ ਹੈ ਹੀ ਉਹ ਇੰਗਰੀਡੀਅੰਟ ਆ ਜਿਹੜਾ ਹਨਾ ਤੇ ਨਾਲ ਨਾਲ ਜਿਹੜੀ ਆਹ ਕਾਫ ਵਾਲੀ ਆ ਇਕਦਮ ਇਹ ਸਾਰੀਆਂ ਚੀਜ਼ਾਂ ਨਾ ਇਹ ਬਹੁਤ ਅੱਛਾ ਮਿਕਸਚਰ ਤੁਹਾਨੂੰ ਦੇਖਣ ਨੂੰ ਮਿਲੇਗਾ ਪਹਿਲੀ ਵਾਰ ਚੰਗਾ ਲੱਗਦਾ ਨਾ ਇਹ ਸੁਣ ਕੇ ਜਦੋਂ ਕਿਹਾ ਜਾਂਦਾ ਹੈ ਕਿ ਸਾਡੀ ਇੰਡਸਟਰੀ ਸਾਡੀ ਪੰਜਾਬੀ ਇੰਡਸਟਰੀ ਹੈਗੀ ਆ ਜਿਹੜੀ ਉਹ ਗਰੋ ਕਰ ਰਹੀ ਹੈ ਬੜਾ ਮਤਲਬ ਇੱਕ ਕਾਊਟ ਕਾਊਟ ਫੀਲਿੰਗ ਹੁੰਦੀ ਹੈ ਕਿ ਨਹੀਂ ਸਾਡੀ ਇੰਡਸਟਰੀ ਵੀ ਆਪਣਾ ਨਾਮ ਕਰ ਰਹੀ ਹੈ ਮਤਲਬ ਲੋਕ ਆ ਕੇ ਕੰਮ ਕਰਨਾ ਚਾਹੁੰਦੇ ਨੇ ਹੁਣ ਬਾਰ ਤੋਂ ਬੰਬੇ ਤੋਂ ਜਾਂ ਕਿਤੇ ਵੀ ਕਹ ਲਓ ਕਿ ਜਾਂਦੇ ਨੇ ਲੋਕ ਕਿਹਾ ਪੰਜਾਬ ਚ ਕੰਮ ਹੋ ਰਿਹਾ ਹੁਣ ਤਾਂ ਦੇਖੋ ਪੰਜਾਬੀ ਇੰਡਸਟਰੀ ਦੇ ਲੋਕ ਹੈਗੇ ਨੇ ਜਿਹੜੇ ਭਾਵੇਂ 뮤직 ਦੇ ਭਾਵੇਂ ਫਿਲਮ ਇੰਡਸਟਰੀ ਦੇ ਪਾਲੀਵੁੱਡ ਦੇ ਵਿੱਚ ਵੀ ਪੂਰਾ ਕੰਮ ਕਰ ਰਹੇ ਨੇ ਛਾਇ ਹੋਏ ਨੇ ਮੈਂ ਹਾਲੇ ਵੀ ਦੇਖ ਰਹੀ ਸੀ ਐਮੀ ਵਿਰਖ ਦੀ ਹਨ ਮੂਵੀ ਆ ਰਹੀ ਹੈ ਮਤਲਬ ਕਾਫੀ ਲੋਕ ਨੇ ਦਿਲਜੀਤ ਦੋਸਾਂਝ ਵਨ ਆਫ ਮਾਈ ਫੇਵਰਿਟ ਮਤਲਬ ਮੈਂ ਤਾਂ ਡਾਈ ਹਾਰਡ ਫੈਨ ਹਾਂ ਨਾ ਤਾਂ ਮਤਲਬ ਮੈਂ ਤਾਂ ਬਹੁਤ ਵੱਡੀ ਫੈਨ ਆ ਮੈਂ ਮੈਨੂੰ ਇੱਕ ਇੱਕ ਵਾਰੀ ਮਿਲਣਾ ਮੈਂ ਉਹਨਾਂ ਨੂੰ ਤੇ ਮਤਲਬ ਬਹੁਤ ਵਧੀਆ ਕੰਮ ਕਰ ਰਹੇ ਨੇ ਹੁਣ ਹੈਗਾ ਕਿ ਪੰਜਾਬ ਦੇ ਲੋਕ ਇੱਥੇ ਆ ਕੇ ਕੰਮ ਕਰ ਰਹੇ ਨੇ ਇੰਨੇ ਵੱਡੇ ਲੈਵਲ ਤੇ ਬਹੁਤ ਵੱਡੀ ਗੱਲ ਆ ਮਤਲਬ ਪ੍ਰਾਊਡ ਵਾਲੀ ਫੀਲਿੰਗ ਹੈ ਬਿਲਕੁਲ ਹੈ ਬਹੁਤ ਹੀ ਇੱਕ ਲੱਗਦਾ ਨਾ ਤੁਹਾਨੂੰ ਵੀ ਹਾਂਜੀ ਹਾਂਜੀ ਇਹ ਇਹ ਕਿਹੜੇ ਜਦੋਂ ਕਿਸੇ ਮਤਲਬ ਮਿਊਜ਼ਿਕ ਇੰਡਸਟਰੀ ਹੋਵੇ ਫਿਲਮ ਇੰਡਸਟਰੀ ਹੋਵੇ ਪੰਜਾਬੀ ਇੰਡਸਟਰੀ ਸਾਡੀ ਪੰਜਾਬੀ ਇੰਡਸਟਰੀ ਦੇ ਕਿਸੇ ਵੀ किरदार ਨੂੰ ਕਿਸੇ ਵੀ ਐਕਟਰ ਨੂੰ ਕਿਸੇ ਵੀ ਸਿਤਾਰੇ ਨੂੰ ਤੁਸੀਂ ਦੇਖਦੇ ਹੈਗੇ ਹੋ ਤਾਂ ਕਿਹੜੇ ਵਾਲੇ ਐਕਟਰ ਦੀ ਕਿਹੜੀ ਮੂਵਮੈਂਟ ਹੈ ਕੀ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਮੈਂ ਇਹਨੂੰ ਕਦੇ ਭੁੱਲ ਨਹੀਂ ਸਕਦਾ ਬਹੁਤ ਹੀ ਪ੍ਰਾਊਡ ਮੂਵਮੈਂਟ ਹੈ ਪ੍ਰਾਊਡ ਮੂਵਮੈਂਟ ਹੁਣ ਇਕਦਮ ਤੁਸੀਂ ਕੁਐਸਚਨ ਪੁੱਛਿਆ ਹੁਣ ਏਦਾਂ ਮਾਈਂਡ 'ਚ ਨਹੀਂ ਆਣਾ ਬਟ ਇਹ ਹੈ ਕਿ ਇਸ ਟਾਈਮ ਤੇ ਬਹੁਤ ਸਾਰੀਆਂ ਨੇ ਹੁਣ ਇਕਦਮ ਤੁਸੀਂ ਕਿਸੇ ਇੱਕ ਪਾਰਟਿਕੂਲਰ ਨੂੰ ਨਹੀਂ ਉਹ ਦੱਸ ਸਕਦੇ ਬਟ ਇਹ ਹੈ ਕਿ ਇਸ ਟਾਈਮ ਤੇ ਜਿੰਨਾ ਕੰਮ ਹੋ ਰਿਹਾ ਤੇ ਲੈ ਪਹਿਲਾਂ ਇਹਦਾ ਹੁੰਦਾ ਸੀ ਕਿ ਜਦੋਂ ਮੈਂ ਸਟਾਰਟ ਕਰਨਾ ਸੀ ਕਿ ਯਾਰ ਐਕਟਿੰਗ ਚ ਜਾਣਾ ਤਾਂ ਬੰਬੇ ਜਾਣਾ ਪੈਣਾ ਜੀ ਤੁਹਾਨੂੰ ਉੱਥੇ ਜਾ ਕੇ ਸਟਰਗਲ ਕਰਨਾ ਪੈਣਾ ਹੈ ਆਡੀਸ਼ਨਸ ਦੇਣੇ ਪੈਣੇ ਆ ਤੇ ਬਟ ਹੁਣ ਇੱਥੇ ਇੰਨਾ ਕੰਮ ਹੋ ਰਿਹਾ ਕਿ ਅਗਰ ਤੁਸੀਂ ਚੰਗੀ ਮਿਹਨਤ ਕਰੋ ਚੰਗੇ ਲਿੰਕਸ ਦੇ ਥਰੂ ਮਤਲਬ ਤੁਸੀਂ ਇੱਕ ਪ੍ਰੋਪਰ process ਦੇ ਥਰੂ ਨਿਕਲੋ ਤਾਂ ਤੁਸੀਂ ਇੱਥੇ ਵੀ ਬਹੁਤ ਅੱਛਾ ਕੰਮ ਕਰ ਸਕਦੇ ਹੋ ਮਤਲਬ ਉਹ ਤੁਹਾਨੂੰ ਇੱਥੇ ਹੀ ਉਸ ਲੈਵਲ ਦਾ ਕੰਮ ਹੋਣ ਮਿਲ ਰਿਹਾ ਇੰਨੀ ਗਰੋ ਹੋ ਰਹੀ ਹੈ ਇੱਧਰ ਆ ਕੇ ਫਿਲਮਾਂ ਬਣ ਰਹੀਆਂ ਵੈਬ ਸੀਰੀਜ਼ ਆਪਣੇ ਪੰਜਾਬ ਆ ਕੇ ਉੱਧਰ ਲੀਆਂ ਸ਼ੂਟ ਹੋ ਰਹੀਆਂ ਮਤਲਬ ਇੱਥੇ ਵੀ ਕੰਮ ਹੈ ਹਾਂ ਇਹ ਚੀਜ਼ ਹੈ ਦੇਖੋ ਬਾਕੀ ਜਦੋਂ ਐਕਟਰਸ ਦੀ ਸਪੈਸ਼ਲੀ ਅੱਜਕੱਲ ਟੀਵੀ ਦੇ ਜਿਹੜੇ ਐਕਟਰਸ ਹੈਗੇ ਨੇ ਉਹਨਾਂ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈਗੇ ਨੇ ਤੁਸੀਂ ਸੁਣ ਲਈ ਹੋਣੀ ਹੈਣਾ ਗੱਲ ਟੀਵੀ ਦੇ ਐਕਟਰਸ ਹਿੰਦੀ ਇੰਡਸਟਰੀ ਦੇ ਤੁਸੀਂ ਦੇਖਿਆ ਨਾ ਅਕਸ਼ਰਾ ਵਾਲਾ ਤੁਸੀਂ ਕਹਿੰਦੇ ਦੇਖ ਦੇਖਦੇ ਸੀ ਸੀਰੀਅਲ ਹੈਣਾ ਹਾਂ ਤੇ ਉਹਦੇ ਵਿੱਚ ਹੁਣੇ ਜੇ ਆਈ ਨਾ ਖਬਰ ਕਿ ਜਿਹੜੇ ਐਕਟਰਸ ਲੀਡ ਐਕਟਰਸ ਸੀ ਉਹਨਾਂ ਨੂੰ ਰਿਪਲੇਸ ਕਰਤਾ ਹੈਗਾ ਕਿਉਂਕਿ ਟੈਂਟਰਮ ਕਾਫੀ ਜ਼ਿਆਦਾ ਸੀ ਉਹਨਾਂ ਦੇ ਤੇ ਕਾਫੀ ਕੁਛ ਸੀ ਉਹ ਤੇ ਕੀ ਕਹਿਣਾ ਥਾ ਟੈਂਟਰਮਸ ਮੈਨੂੰ ਲੱਗਦਾ ਕਿ ਆਪਣੇ ਤੇ ਡਿਪੈਂਡ ਹੁੰਦਾ ਕਮ ਸਾਰੇ ਕਰ ਰਹੇ ਨੇ ਕਿ ਇਨੀ ਕੀ ਆਪਾਂ ਲੀਡ ਚ ਕੰਮ ਕਰ ਕਮ ਸਾਰੇ ਕਰ ਰਹੇ ਨੇ ਸਾਰਾ ਆਪਣਾ ਆਪਣਾ ਆਪਣੇ ਆਪਣੇ ਲਈ ਕੰਮ ਕਰ ਰਹੇ ਨੇ ਆਪਣੇ ਆਪਣੇ ਕੈਰੈਕਟਰ ਲਈ ਸੋ ਮੈਨੂੰ ਇਹ ਨਹੀਂ ਐਵੇਂ ਲੱਗਦਾ ਕਿ ਟੈਂਟਰਮਸ ਲਈ ਕੋਈ ਗੱਲ ਹੈਗੀ ਹੈ ਸੋ ਮੈਂ ਤੇ ਇਸ ਟਾਈਪ ਦਾ ਪਰਸਨ ਨਹੀਂ ਹਾਂ ਤਾਂ ਨਹੀਂ ਟੈਂਟਰਮਸ ਹਾਂ ਦਿਖਾਉਂਦੇ ਦਿਖਾਉਂਦੇ ਵੀ ਹੈ ਉਹ ਮੈਨੂੰ ਨਹੀਂ ਪਤਾ ਇਹਦਾ ਬਟ ਮੈਨੂੰ ਲੱਗਦਾ ਕਿ ਆਪਣੇ ਕੰਮ ਤੇ ਗੌਰ ਰੱਖੋ ਜ਼ਿਆਦਾ ਨਾ ਹੀ ਕਰੋ ਹਮ ਕੀ ਕਹਣਾ ਤੁਹਾਡਾ ਮੈਂ ਐਕਟਰਸ ਬੜੇ ਸੁਣਨ ਚ ਆਇਆ ਹੈਗਾ ਕੁਝ ਕੁ ਨਹੀਂ ਹੁਣ ਕਰ ਹਨ ਇੱਕ ਬੰਦੇ ਦੀ ਨੇਚਰ ਵੀ ਹੁੰਦੀ ਹੈ ਠੀਕ ਹੈ ਨਾ ਹੁਣ ਅਗਰ ਤੁਹਾਨੂੰ ਕੋਈ ਚੀਜ਼ ਮਿਲੀ ਹੈ ਤੁਸੀਂ ਉਹਨੂੰ ਸਾਹਮਣੇ ਰੱਖੋ ਜੀ ਤੁਸੀਂ ਲੀਡ ਰੋਲ ਕਰ ਰਹੇ ਆ ਲੀਡ ਦਾ ਮਤਲਬ ਇਹ ਨਹੀਂ ਕਿ ਤੁਸੀਂ ਪਤਾ ਨਹੀਂ ਕੀ ਆਗੇ ਯੂ ਆਰ ਅ ਲੀਡਰ ਆਫ ਦੈਟ ਸ਼ੋਅ ਵੀ ਤੁਸੀਂ ਆਪਣੇ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਤੁਸੀਂ ਇਕੱਲੇ ਤਾਂ ਸ਼ੋਅ ਨਹੀਂ ਚਲਾ ਸਕਦੇ ਨਾ ਉਸ ਚੀਜ਼ ਨੂੰ ਤੁਹਾਨੂੰ ਮਾਈਂਡ ਚ ਰੱਖਣਾ ਪੈਣਾ ਤੇ ਜ਼ਮੀਨ ਤੇ ਰਹਿ ਕੇ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਦਿਸ ਇਜ਼ ਦ ਮੇਨ ਥਿੰਗ ਪਰ ਅਗਰ ਤੁਸੀਂ ਉਹਨੂੰ ਆਪਣੇ ਇੱਥੇ ਲੈ ਜਾਓਗੇ ਤੇ ਉਹ ਫੇ ਚੀਜ਼ਾਂ ਜ਼ਿਆਦਾ देर ਨਹੀਂ ਚਲਦੀਆਂ ਆ ਆਬਵੀਅਸ ਹੈ ਤੁਹਾਨੂੰ ਇੱਕਦਮ ਹਾਈਪ ਤੇ ਤਾਂ ਲੈ ਕੇ ਜਾਏਗੀ ਬਟ ਜਿੰਨੀ ਉੱਪਰ ਜਾਓਗੇ ਉਨੀ ਜਲਦੀ ਉਹ ਥੱਲੇ ਸਲੋ ਐਂਡ ਸਟੇਡੀ ਵਿਨ ਦਾ ਰੇਸ ਇਸੇ ਕਰਕੇ ਕਹਿੰਦੇ ਨੇ ਕਿ ਹੌਲੀ ਹੌਲੀ ਚੱਲੋਗੇ ਤਾਂ ਆਪਣੇ ਵੀ ਮੰਜ਼ਲ ਤੇ ਪਹੁੰਚ ਜਾਓਗੇ ਉਹ ਚੀਜ਼ ਹੈ ਇਹ ਤਾਂ ਬੜੀ ਸੋਹਣੀ ਗੱਲ ਕਹੀ ਖਰਚ ਜੀ ਤੋਂ ਬਸ ਉਹੀ ਹੈ ਕਿ ਪ੍ਰੋਸੈਸ ਤੇ ਆਪਣਾ ਯਕੀਨ ਕਰੋ ਤੇ ਮਤਲਬ ਜਿੰਨਾ ਨੀਵੇਂ ਹੋ ਕੇ ਚੱਲੋਗੇ ਉਹਨਾਂ ਜ਼ਿਆਦਾ ਗਰੋ ਕਰੋਗੇ ਖੈਰ ਲਾਸਟ ਕੁਐਸਚਨ ਨਵੀਂ ਤੁਹਾਡੇ ਵਰਗੇ ਤੁਸੀਂ ਤਾਂ ਖੈਰ ਸੀਰੀਅਲਸ ਕੰਮ ਕਰ ਲਏ ਤੁਹਾਡੇ ਵਰਗੇ ਨਵੇਂ ਨਾ ਬਹੁਤ ਸਾਰਾ ਟੈਲੈਂਟ ਹੈਗਾ ਮਤਲਬ ਅੰਦਰ ਲੁਕਿਆ ਹੋਇਆ ਹੈ ਕਿਸੇ ਨੂੰ ਹਿੰਮਤ ਨਹੀਂ ਹੁੰਦੀ ਕਿਸੇ ਨੂੰ ਹੌਸਲਾ ਨਹੀਂ ਹੁੰਦਾ ਕਿਸੇ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ ਕਿਵੇਂ ਪਹੁੰਚਣਾ ਉੱਥੋਂ ਤੱਕ ਉਹਨਾਂ ਨੂੰ ਕੀ ਸੁਣਿਆ ਦੇਣਾ ਮੈਨੂੰ ਵੀ ਲੱਗਦਾ ਕਿ ਆਪਣੇ ਦਿਲ ਦੀ ਸੁਣੋ ਬਿਕਾਜ਼ ਮੈਂ ਜਦੋਂ ਸਕੂਲ ਤੋਂ ਸਟਾਰਟ ਕੀਤਾ ਸੀ ਮਤਲਬ ਐਦਾਂ ਸੀ ਕਿ ਮੇਰੇ ਮੈਂ ਆਪਾਂ ਦੋ ਸਿਸਟਰ ਨੇ ਮੇਰੀ ਇੱਕ ਛੋਟੀ ਸਿਸਟਰ ਆ 1 ਸਾਲ ਛੋਟੀ ਹੈ ਤੇ ਉਹ ਸਟੱਡੀ 'ਚ ਬਹੁਤ ਵਧੀਆ ਹੈ ਮਤਲਬ ਟੋਪਰ ਇਸ ਕਾਲਜ ਦੀ ਵੀ ਟੋਪਰ ਆ ਹੁੰਦਾ ਮੈਂ ਨਹੀਂ ਸੀ ਸਟੱਡੀ ਚ ਮਤਲਬ ਮੈਨੂੰ ਅਸੀ ਕਿ ਮੈਂ ਸਟੱਡੀ ਦੀ ਲਾਈਨ ਚ ਜਾਣਾ ਹੀ ਨਹੀਂ ਮੇਰੇ ਲਈ ਹੈਗੀ ਨਹੀਂ ਮੈਂ ਕੁਝ ਹੋਰ ਕਰਨਾ ਹੈ ਡਿਫਰੈਂਟ ਤੇ ਪਹਿਲਾਂ ਮੈਂ ਸਪੋਰਟਸ ਕੀਤਾ ਹੈ ਸਪੋਰਟਸ weight lifting ਸਟੇਟ ਲੈਵਲ ਤੇ weight lifting ਕੀਤੀ ਹੈ ਮੈਂ 골ਡ ਮੈਡਲਸ ਤੇ ਉਸ ਤੋਂ ਬਾਅਦ ਛੱਡਦਾ ਪਤਾ ਨਹੀਂ ਕਿਉਂ ਛੱਡਦਾ ਇਸ ਲਾਈਨ ਚ ਜਾਣਾ ਸੀ ਤੇ ਫਿਰ ਮਾਡਲਿੰਗ ਸਟਾਰਟ ਕੀਤੀ ਮੈਂ ਸੀਯੂ ਚ ਜਾ ਕੇ ਸੀ ਉਹਨੇ ਮੈਨੂੰ ਮੌਕਾ ਦਿੱਤਾ ਸਟੇਜ ਤੇ ਪਰਫਾਰਮ ਕਰਨ ਦਾ ਸੋ ਬਾ ਮੈਨੂੰ ਪਤਾ ਲੱਗਾ ਕਿ ਨਹੀਂ ਇਸ ਸਲਾਈਡ 'ਤੇ ਜਾ ਸਕਦਾ ਮੈਨੂੰ ਲੱਗਦਾ ਕਿ ਪੇਰੈਂਟਸ ਦੀ ਵੀ ਸਪੋਰਟ ਬਹੁਤ ਮੈਟਰ ਕਰਦੀ ਹੈ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਪੇਰੈਂਟਸ ਨੂੰ ਸਮਝਣਾ ਚਾਹੀਦਾ ਕਿ ਬੱਚਾ ਕੀ ਚਾਹੁੰਦਾ ਐਦਾਂ ਨਹੀਂ ਕਿ ਉਹਨਾਂ ਨੇ ਕਦੇ ਵੀ ਨਹੀਂ ਰੋਕਿਆ ਕਿ ਆ ਨਹੀਂ ਕਰਨਾ ਉਹ ਨਹੀਂ ਕਰਨਾ ਬਸ ਇੱਕ ਜੋਜੀ ਕਰਦਾ ਉਹ ਕਰੋ ਕੀ ਤੁਸੀਂ ਸੈਟੀਸਫਾਈਡ ਹੋਣੇ ਚਾਹੀਦੇ ਆਪਣੇ ਕੰਮ ਤੋਂ ਲੱਗੇ ਮੈਨੂੰ ਲੱਗਦਾ ਕਿ ਜੋਜੀ ਕਰਦਾ ਨਾ ਉਹ ਕਰੋ ਕੋਈ ਵੀ ਰੋਕੇ ਨਹੀਂ ਰੁਕਣਾ ਸੈਟੀਸਫੈਕਸ਼ਨ ਇਜ਼ ਮਸਟ ਮੈਨੂੰ ਜਦ ਹੁਣ ਤੁਸੀਂ ਮੈਨੂੰ ਪੁੱਛਿਆ ਕਿ ਟੀਚਿੰਗ ਤੋਂ ਐਕਟਿੰਗ ਦੇ ਵਿੱਚ ਕੀ ਸੀਗਾ ਮੈਂ ਟੀਚਿੰਗ 'ਚ ਸੀਗਾ ਓਕੇ ਇੱਕ ਛੀ ਇੱਕ ਬਹੁਤ ਵੱਡਾ ਪਲੈਟਫਾਰਮ ਆ ਕਿ ਟੀਚਰ ਹਰ ਜਿਹੜਾ ਡਾਕਟਰ ਵੀ ਕ੍ਰੀਏਟ ਕਰਦਾ ਇੰਜੀਨੀਅਰ ਵੀ ਕਿਉਂਕਿ ਉੱਥੇ ਬੱਚੇ ਨਿਕਲ ਕੇ ਅੱਗੇ ਜਾ ਕੇ ਉਹ ਕਰਦੇ ਆ ਨਾ ਬਟ ਉਹ ਠੀਕ ਹੈ ਬਟ ਮੇਰਾ ਇੱਕ ਉਹ ਸੀਗਾ ਕਿ ਨਹੀਂ ਮੈਂ ਐਕਟਰ ਅਲੀ ਲਾਈਨ 'ਚ ਜਾਣਾ ਹੈ ਨਾ ਤੇ ਉਸ ਟਾਈਮ ਤੇ ਉਹ ਇੱਕ ਮੋਟੀਵੇਸ਼ਨ ਚਾਹੀਦੀ ਹੁੰਦੀ ਆ ਜਾਂ ਤੁਹਾਨੂੰ ਇੱਕ ਤੁਹਾਨੂੰ ਪਿੱਛੋਂ ਬੈਕ ਤੋਂ ਸਪੋਰਟ ਚਾਹੀਦੀ ਹੁੰਦੀ ਕਿ ਕੋਈ ਗੱਲ ਨਹੀਂ ਰਿਸਕ ਕਿਉਂਕਿ ਬਹੁਤ ਵੱਡਾ ਰਿਸਕ ਸੀਗਾ ਮੇਰੇ ਲਈ ਹੈ ਨਾ ਕਿ ਇੱਕ ਤੇ ਪੱਕੀ ਜੌਬ ਛੱਡ ਕੇ ਤੁਸੀਂ ਇੱਕਦਮ ਇਧਰਲੇ ਪਾਸੇ ਆ ਜਾਓ ਸਾਰਾ ਸਰਕਲ ਬ੍ਰੇਕ ਹੋ ਜਾਣਾ ਤੇ ਉਸ ਟਾਈਮ ਤੇ ਫੈਮਲੀ ਦਾ ਸਪੋਰਟ ਜਿਹੜਾ ਹੈ ਉਹ ਉਹ ਤਾਂ ਵੱਡਾ ਰੋਲ ਪਲੇ ਕਰਦਾ ਤੇ ਕੋਈ ਫੈਮਲੀ ਉਸ ਚੀਜ਼ ਨੂੰ ਅਗਰ ਸਮਝ ਲੇ ਆਪਣੇ ਬੱਚੇ ਦੀ ਉਹ ਚੀਜ਼ ਨੂੰ ਸਮਝ ਲੇ ਨਾ ਤੇ ਉਸ ਉਹੀ ਚੀਜ਼ ਹੈ ਜਿਹੜੀ ਉਹ ਬੰਦੇ ਨੂੰ ਅੱਗੇ ਲਿਜਾ ਸਕਦੀ ਹੈ ਅਗਰ ਉੱਥੇ ਰਹਿ ਗਏ ਤੁਸੀਂ ਫੇਰ ਕਿਤੋਂ ਫੇਰ ਨਹੀਂ ਤੁਸੀਂ ਗੱਲਾਂ ਸੁਣ ਕੇ ਬੜਾ ਵਧੀਆ ਲੱਗੇ ਤੇ ਕੁੜੀ ਤਾਂ ਬੜੀ ਟੈਲੈਂਟਡ ਹੈ ਅਸੀਂ ਤਾਂ ਸਾਇੰਸ ਟੀਚਰ ਤੇ ਹੀ ਮਤਲਬ ਮੈਂ ਤਾਂ ਹੈਰਾਨ ਹੋ ਰਹੀ ਸੀ ਕਿ ਸਾਇੰਸ ਟੀਚਰ ਇਟ ਇੰਟੈਲੀਜੈਂਟ ਹਨਾ ਸਾਇੰਸ ਟੀਚਰਸ ਨੂੰ ਸਾਇੰਸ ਮੈਥ ਵਾਲਿਆਂ ਨੂੰ ਆਪਾਂ ਸੋਧਦੇ ਹੁੰਨੇ ਹਨਾ ਹੋਰ ਕਿੰਨੇ ਇੰਟੈਲੀਜੈਂਟ ਹੁੰਦੇ ਆ ਤੇ ਇੱਥੇ ਤਾਂ ਸਪੋਰਟਸ ਵਾਲੇ ਵੀ ਆ ਗਏ ਮਤਲਬ ਸੱਚੀ ਬਹੁਤ ਚੰਗੀ ਗੱਲ ਆ ਤੁਹਾਡੇ ਚ ਇਨਾ ਟੈਲੈਂਟ ਹੈਗਾ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਹੋਰ 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 ਅੱਗੇ ਵਾਦੇ ਦੇਖੀਏ ਹੁਣ ਤੁਸੀਂ ਵੀਅਰਸ ਨੂੰ ਆਪਣੇ ਸ਼ੋਅ ਬਾਰੇ ਦੱਸੋ ਸੋ ਸਾਡਾ ਸ਼ੋ ਆ ਰਿਹਾ ਹੈ ਜੀ ਪੰਜਾਬੀ ਤੇ 25th ਆਫ ਮਾਰਚ ਨੂੰ ਰਾਤੀ 8:30 ਵਜੇ ਦੇਖਣਾ ਨਾ ਭੁੱਲਿਓਸ ਗਾਇਸ ਸੋ ਸਪੋਰਟ ਕਰਿਓ ਬਿਲਕੁਲ ਨਵਾਂ ਕਨਸੈਪਟ ਹੈ ਨਵਾਂ ਕਨਸੈਪਟ ਸੋ ਕਿ ਨਵਾਂ ਕਨਸੈਪਟ ਹੈ 25 ਮਾਰਚ ਨੂੰ ਆ ਰਿਹਾ 8:30 ਵਜੇ ਤੇ ਬਹੁਤ ਅੱਛੀ ਸਟੋਰੀ ਹੈ ਮਤਲਬ ਤੁਹਾਨੂੰ ਦੇਖਦੇ ਪਤਾ ਲੱਗ ਜਾਏਗਾ ਕਿ ਹਰ ਆਰਟਿਸਟ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਕਿੰਨੀ ਮਿਹਨਤ ਹੋ ਰਹੀ ਹੈ ਤੇ ਬਸ ਉਸ ਮਿਹਨਤ ਦਾ ਰਿਵਿਊ ਜਿਹੜਾ ਹੈ ਉਹ ਤੁਹਾਡੇ ਜਦੋਂ ਤੁਸੀਂ ਦੇਖੋਗੇ ਜਿਹੜਾ ਤੁਹਾਨੂੰ ਪਿਆਰ ਮਿਲੇਗਾ ਉਸ ਤੋਂ ਸਾਡੀ ਉਹ ਚੀਜ਼ ਪੂਰੀ ਹੋ ਜਾਣੀ ਬਸ ਪਿਆਰ ਹੀ ਚਾਹੀਦਾ ਹੁਰ ਤੇ ਕਿਰ ਤੁਹਾਨੂੰ ਮਿਲਦਾ ਰਹੇ ਪਿਆਰ ਮਿਲਦਾ ਰਹੇ ਤਾਂ ਤੁਸੀਂ ਉਡਾਰੀਆਂ ਨਾਲ ਜੁੜੇ ਹੋ ਉਡਾਰੀਆਂ ਵਾਲਿਆਂ ਦਾ ਇੰਨਾ ਪਿਆਰ ਮਿਲਦਾ ਨਾ ਕਿ ਕਿਸੇ ਦਾ ਬਿਗ ਬਾਸ ਤੱਕ ਪਹੁੰਚਦੇ ਆ ਰਾਈਟ ਰਾਈਟ ਉਡਾਰੀਆਂ ਦੇਖ ਲੋ ਤੁਸੀਂ 3rd ਸੀਜ਼ਨ ਮੇਬੀ ਆਈ ਥਿੰਕ ਉਹ ਹਜ਼ਾਰ ਐਪੀਸੋਡ ਦੇ ਆਸ-ਪਾਸ ਹੁੰਨੇ ਆ ਤੇ ਉਹਨਾਂ ਨੂੰ ਵੀ ਉਹ ਪਿਆਰ ਮਿਲਿਆ ਤੇ ਵੀ ਆਰ ਆਲਸੋ ਐਕਸਪੈਕਟਿੰਗ ਕਿ ਅਸੀਂ ਵੀ ਮਤਲਬ 500 ਹਜ਼ਾਰ ਐਪੀਸੋਡ ਦੇ ਦੇ ਪਹੁੰਚੀ ਉੱਥੇ ਤੱਕ ਤੇ ਇਹ ਸਾਰਾ ਈ ਵਿਊਅਰਸ ਨਹੀਂ ਦੇਣਾ ਜੇ ਇਹੀ ਪਿਆਰ ਵੀ ਆਰ ਐਕਸਪੈਕਟਿੰਗ ਫਿਰ ਤੁਸੀਂ ਵੀ ਪਹੁੰਚੋਗੇ ਫਿਰ ਬਿਗ ਬਾਸ ਦੇ ਵਾਇਗਰੂ ਨੇ ਪੰਚਾਇਤ ਹੈ ਜ਼ਰੂਰ ਮੈਂ ਕਿਉਂ ਮਨਾ ਕਰਾਂਗਾ ਚਲੋ ਲਿਆਏ ਉਥੇ ਤੱਕ ਵੀ ਲੈ ਜਾਏਗਾ 올 द वेरी बेस्ट ਬਹੁਤ ਸੋਹਣਾ ਪ੍ਰੋਮੋ ਹੈਗਾ ਤੇ ਉਮੀਦ ਹੈ ਸਾਨੂੰ ਉਮੀਦ ਨਹੀਂ ਲੱਗਦਾ ਹੀ ਹੈ ਜੋ ਪਿੱਛੇ ਪੋਸਟਰਸ ਵੀ ਹੈਗੇ ਨੇ ਕਿ ਬੜਾ ਸੋਹਣਾ ਜਾਣਾ ਹੈਗਾ 올 ਦਿ ਵੈਰੀ ਬੈਸਟ ਸਕਸੈਸਫੁਲ ਰਹੇ ਫਿਰ ਆਪਾਂ ਸਕਸੈਸ ਤੇ ਫੇਰ ਮਿਲिए ਹੈ ਨਾ ਟੂ 올 ਦਿ ਵੈਰੀ ਬੈਸਟ ਥੈਂਕ ਯੂ ਤਾਂ ਤੁਸੀਂ ਸਾਰੇ ਜ਼ਰੂਰ ਦੇਖਿਓ ਇਹਨਾਂ ਦਾ ਸ਼ੋਅ ਸਹਿਜ ਵੀਰ ਜੋ ਬਹੁਤ ਹੀ ਜ਼ਿਆਦਾ ਸੋਹਣਾ ਕਨਸੈਪਟ ਹੈਗਾ ਹੈ ਡਿਫਰੈਂਟ ਹੈਗਾ ਹੈ ਤੇ ਇਹਨੇ ਚੈੱਕ ਦੇ ਹੋਏ ਚਿਹਰੇ ਹੈਗੇ ਆ ਤੇ ਸਕਰੀਨ ਤੇ ਵੀ ਇਹਨੇ ਹੀ ਚੈੱਕਣਗੇ ਤੇ ਤੁਹਾਨੂੰ ਐਂਟਰਟੇਨ ਬਹੁਤ ਜ਼ਿਆਦਾ ਕਰਨਗੇ ਜ਼ਰੂਰ ਦੇਖਿਓ ਤੁਸੀਂ ਇਸ ਸੀਰੀਅਲ ਨੂੰ ਕੈਮਰਾਮੈਨ ਹਰਜਿੰਦਰ ਦਿਨਾਲ ਸੰਦੇਸ਼ਾ ਲਖਸ਼ਰਮਾ ਜਗਬਣੀ ਟੀਵੀ